ਅੱਜ ਡਾਕਟਰ ਕੋਟਨਿਸ਼ ਹੋਸਪਿਟਲ ਜਿਹੜਾ ਸਲੀਮ ਟਾਵਲੀ ਦੇ ਵਿੱਚ, ਜਿਹੜਾ ਕਿ ਸਾਡਾ ਸਲੰਮ ਏਰੀਆ ਪੈਂਦਾ ਪੀਲੂ ਬੰਦਾ ਇਲਾਕੇ ਵਿੱਚ, ਜਿਹਦੇ ਵਿੱਚ ਸਾਡੇ ਵਿਕਾਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਡੇ MLA ਸਾਹਿਬ ਵੀ ਵਿਕਾਸ ਲਈ ਬਹੁਤ ਸਾਰੇ ਕੰਮ ਕਰ ਰਹੇ ਹਾਂ, ਜਿੱਥੇ ਅਸੀਂ ਅੱਜ ਵੂਮੈਨ ਨੈਸ਼ਨਲ ਇੰਟਰਨੈਸ਼ਨਲ ਡੇ ਮਨਾਇਆ ਗਿਆ, ਜਿਹਦਾ ਮੇਨ ਕਾਰਨ ਸੀ ਕਿ ਜਿਹਨਾਂ ਲੜਕੀਆਂ ਨੇ, ਜਿਹਨਾਂ ਮਾਤਾਵਾਂ ਨੇ, ਜਿਹਨਾਂ ਭੈਣਾਂ ਨੇ ਪਿਛਲੇ ਦਿਨ ਹੀ ਸਾਡੇ ਕੋਲ ਫਰੀ ਟ੍ਰੇਨਿੰਗ ਸਿਲਾਈ ਸੈਂਟਰ ਲਿਆ, ਔਰ ਉਹਨੇ ਪਿਛਲੇ ਸਾਲਾਂ ਵਿੱਚ ਬਹੁਤ ਕੰਮ ਕਰਕੇ ਆਪਣੇ ਪਰਿਵਾਰ ਦੇ ਲਈ, ਬੱਚਿਆਂ ਲਈ ਜਿਹੜਾ ਅੱਛਾ ਯੋਗਦਾਨ ਪਾਇਆ ਦੇਸ਼ ਨੂੰ, ਜਿੱਥੇ ਆਪਣੇ ਘਰ ਦੀ ਡਿਵੈਲਪਮੈਂਟ ਵਾਸਤੇ, ਇਲਾਕੇ ਦੀ ਡਿਵੈਲਪਮੈਂਟ ਵਾਸਤੇ ਵਚਨਬੱਧ ਹੈਗੀਆਂ। ਅੱਜ ਉਹਨਾਂ ਅਸੀਂ 35 ਦੇ ਕਰੀਬ ਬੱਚੀਆਂ ਨੂੰ ਸਨਮਾਨਿਤ ਕੀਤਾ ਹੈ। ਮੇਨ ਰੀਜ਼ਨ ਇਹ ਹੈ ਕਿ ਅੱਜ ਸਾਡਾ ਦੋਨੋਂ ਸਰਕਾਰਾਂ, ਭਾਰਤ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ, ਦੋਨੋਂ ਇਹ ਚਾਹੁੰਦੀਆਂ ਹਨ ਕਿ ਸਾਡੀ ਇਸਤਰੀਆਂ, ਅਗਰ ਲੇਡੀਜ਼ ਸਾਡੀਆਂ ਸਟਰੈਂਥਨ ਹੋਣਗੀਆਂ, ਪਾਵਰਫੁੱਲ ਹੋਣਗੀਆਂ, ਅਤੇ ਉਹ ਦੇਸ਼ ਦਾ ਘਰ ਵਿਕਾਸ ਸਭ ਦਾ ਆਉਂਦਾ ਹੈ। ਸੋ ਇਸ ਇਲਾਕੇ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਅਸੀਂ ਸਟਰੈਂਥਨ ਕਰੀਏ, ਪਾਵਰਫੁੱਲ ਕਰੀਏ, ਸਟਰੈਂਥ ਦੇਈਏ, ਤਾਂ ਕਿ ਐਨਰਜੀ, ਜਿੱਥੇ ਅਸੀਂ ਇਹਨਾਂ ਨੂੰ ਫ੍ਰੀ ਸਿਲਾਈ ਸੈਂਟਰਸ ਔਰ ਟ੍ਰੇਲਿੰਗ ਦਾ ਕੰਮ ਸਿਖਾ ਰਹੇ ਹਾਂ, ਜਿੱਥੇ ਉਸ ਤੋਂ ਬਾਅਦ ਸਰਟੀਫਿਕੇਟ ਦਿੰਦੇ ਹਾਂ ਸਰਕਾਰ ਵੱਲੋਂ, ਉਹਨਾਂ ਨੇ ਲੋਨ ਦਾ ਪ੍ਰੋਵੀਜ਼ਨ ਵੀ ਕੀਤਾ ਹੋਇਆ। ਮੈਂ ਇਹ ਵੀ ਚਾਹੁੰਦਾ ਕਿ ਇਲਾਕੇ ਦੇ ਵਿੱਚ ਡਰੱਗਸ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਮੈਂ ਆਪਣੀ ਬੱਚੀਆਂ ਕੋਲੋਂ, ਆਪਣੀ ਭੈਣਾਂ ਕੋਲੋਂ ਇੱਕ ਬਹੁਤ ਆਸ ਰੱਖਦਾ ਕਿ ਜਦੋਂ ਵੀ ਕੋਈ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਹੈ ਜਾਂ ਨਸ਼ਾ ਲੈਣ ਲੱਗਿਆ ਫੜਿਆ ਜਾਂਦਾ ਹੈ, ਅਤੇ ਉਹਨੂੰ ਇੰਨਾ ਕੁ ਸਜ਼ਾ ਦਿਓ, ਇੰਨਾ ਉਹਨੂੰ ਰਿਲਾਈਜ਼ ਕਰਾਓ ਕਿ ਉਹ ਨਸ਼ੇ ਤੋਂ ਦੂਰ ਹੋ ਜਾਣ। ਕਿਉਂਕਿ ਅਗਰ ਆਪਾਂ ਆਪਣੇ ਇਲਾਕੇ ਦੀ ਵਿਕਾਸ ਚਾਹੁੰਦੇ ਹਾਂ ਤਾਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਜਿੱਥੇ ਅਸੀਂ HIV ਏਡਸ ਵਗੈਰਾ ਦੀ ਬਚਣ ਲਈ ਅਸੀਂ ਪ੍ਰੋਵੀਜ਼ਨ ਕਰ ਰਹੇ ਹਾਂ ਲੋਕਾਂ ਨੂੰ, ਬਟ ਉਹਦੇ ਨਾਲ ਨਾਲ ਅਗਰ ਅਸੀਂ ਸਪਲਾਈ ਵੀ ਰੋਕ ਪਾਵਾਂਗੇ ਔਰ ਬੱਚਿਆਂ ਨੂੰ ਅਗਰ ਜਿੱਥੇ ਅਸੀਂ ਨਸ਼ਾ ਮੁਕਤੀ ਵੱਲ ਲਿਜਾਂਦੇ ਹਾਂ, ਫ੍ਰੀ ਨਸ਼ਾ ਦਿੰਦੇ ਹਾਂ, ਨਸ਼ਾ ਛੁਡਵਾਉਣ ਲਈ ਸਾਧਨ ਦਿੰਦੇ ਹਾਂ, ਉਹਦੇ ਵਿੱਚ ਲੋੜ ਹੈ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਕਿਉਂਕਿ ਕਈ ਵਾਰੀ ਤੁਸੀਂ ਹਮੇਸ਼ਾ ਹੀ ਰਹਿੰਦੇ ਹੋ, ਜੋ ਸਭ ਨਾਲ ਜ਼ਿਆਦਾ ਮਾਂ ਹੈ ਜਾਂ ਭੈਣ ਹੈ, ਉਹ ਇਮੋਸ਼ਨਲ ਹੋ ਕੇ ਭੈਣਾਂ ਨੂੰ, ਬੱਚਿਆਂ ਨੂੰ ਇਹ ਕਿ ਨਸ਼ਾ ਲੈਣ ਲਈ ਵੀ ਆਪਾਂ ਕਈ ਵਾਰੀ ਬਲੈਕਮੇਲ ਹੋ ਕੇ ਪੈਸੇ ਦਿੰਦੇ ਹਾਂ, ਅਤੇ ਉਹਨਾਂ ਨੂੰ ਦੇਖੀਏ ਅਤੇ ਬੱਚਾ ਕਿੱਧਰ ਨੂੰ ਜਾ ਰਿਹਾ, ਉਹਨੂੰ ਰੋਕਣ ਲਈ ਆਪਾਂ ਯੋਗਦਾਨ ਪਾਈਏ। ਮੈਂ ਤੁਹਾਨੂੰ ਅੱਜ ਦੇ ਦਿਨ ਜਿੱਥੇ ਬਹੁਤ ਜ਼ਿਆਦਾ ਵਧਾਈ ਦਿੰਦਾ ਕਿ ਸਾਡੇ ਜਨਰਲ ਸੈਕਟਰੀ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ, ਸਰਦਾਰ ਇਕਬਾਲ ਸਿੰਘ ਗਿੱਲ IPS, ਸਰਦਾਰ ਜਸਵੰਤ ਸਿੰਘ ਸਾਪਾ ਜੀ ਹੈਗੇ ਨੇ ਸਾਡੇ ਜਿਹੜੇ ਟਰੱਸਟ ਦੇ ਮੈਂਬਰ ਹੈਗੇ ਨੇ, ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਹੈਗੇ ਨੇ ਲੁਧਿਆਣੇ ਦੇ, ਉਹਨਾਂ ਵੱਲੋਂ ਇੱਕ ਯੋਗਦਾਨ ਹੈ ਕਿ ਅਸੀਂ ਇਹਨਾਂ ਬੀਬੀਆਂ ਨੂੰ, ਬੱਚੀਆਂ ਨੂੰ, ਭੈਣਾਂ ਨੂੰ ਆਪਾਂ ਪਾਵਰਫੁੱਲ ਬਣਾਈਏ ਤਾਂ ਕਿ ਦੇਸ਼ ਦਾ ਵਿਕਾਸ ਹੋ ਸਕੇ। ਧੰਨਵਾਦ। ਮੇਰਾ ਨਾਮ ਮਨੀਸ਼ਾ ਹੈ। ਮੈਂ ਅੱਜ ਡਾਕਟਰ DN ਕੋਟਨਿਸ ਵਿੱਚ ਵੂਮੈਨ ਡੇ 'ਤੇ ਫੀਮੇਲਸ ਨੂੰ ਖਾਸ ਕਰਕੇ ਹੈਪੀ ਵੂਮੈਨ ਡੇ ਕਹਿੰਦੇ ਹੋਏ ਅਤੇ ਇਹਨਾਂ ਨੂੰ ਨਾਰੀ ਸ਼ਕਤੀ ਨੂੰ ਜ਼ਿੰਦਾਬਾਦ ਕਹਿੰਦੇ ਹੋਏ ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਫੀਮੇਲਸ ਬਗੈਰ ਜਿੱਥੇ ਇਹ ਜਗਤ ਜਨਨੀ ਹੈ, ਜਿੱਥੇ ਇਹ ਇਸ ਤੋਂ ਬਗੈਰ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ, ਇਹਦੇ ਤੋਂ ਬਗੈਰ ਜੇ ਅਸੀਂ ਕਹੀਏ ਤਾਂ ਇੱਕ ਪਰਿਵਾਰ ਪਰਿਵਾਰ ਨਹੀਂ ਰਹਿੰਦਾ। ਜੇ ਅਸੀਂ ਇਸ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਫੀਮੇਲਸ ਦੀ, ਮਾਤਾ ਫੁੱਲੇ ਦੇਵੀ ਜੀ ਦੀ ਗੱਲ ਕਰਦੇ ਹਾਂ ਤਾਂ ਮਾਤਾ ਲਕਸ਼ਮੀ ਬਾਈ ਜੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਹਰ ਸਾਡੇ ਸਮਾਜ ਦੇ ਵਿੱਚ ਹਰ ਕੰਮ ਦੇ ਵਿੱਚ ਯੋਗਦਾਨ ਪਾਇਆ ਹੈ ਫੀਮੇਲ ਨੂੰ ਪਾਵਰਫੁੱਲ ਬਣਾਉਣ ਦੇ ਲਈ। ਮੈਂ ਫੀਮੇਲਸ ਨੂੰ ਵੀ ਇੱਕ ਰਿਕੁਐਸਟ ਕਰੂੰਗੀ ਕਿ ਆਪਣੇ ਆਪ 'ਚ ਤੁਸੀਂ ਬਹੁਤ ਵੱਡੀ ਸ਼ਕਤੀ ਹੋ ਅਤੇ ਤੁਸੀਂ ਚਾਹੋ ਤਾਂ ਤੁਹਾਡੇ ਵਗੈਰੇ ਸਮਾਜ ਨਹੀਂ ਹੈ। ਧੰਨਵਾਦ।